ਰਸਨਾ ਕਰੋ ਪਵਿੱਤਰ ਪਿਆਰ ਵਿੱਚ ਆਓ ਕੱਢ ਕੇ ਆਦੋ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖੀ ਸਿੱਖਿਆ ਗੁਰ ਵਿਚਾਰ ਸਿੱਖ ਦਾ ਸਿਧਾਂਤ ਹੈ। ਗੁਰੂ ਦੇ ਸ਼ਬਦ ਨਾਲ ਆਪਣੇ ਮਨ ਨੂੰ ਜੋੜ ਕੇ ਇੱਕ ਸੁਰ ਰੱਖਣਾ, ਕੋਈ ਕਾਰਜ ਆਰੰਭ ਕਰਨ ਤੋਂ ਪਹਿਲਾਂ ਗੁਰੂ ਦਾ ਹੋਰ ਆਸਰਾ ਲੈ ਕੇ ਚੱਲਣਾ। ਮੈਂ ਅੰਦਰ ਬੈਠੇ ਵੀਰਾਂ ਦੇ ਚਰਨਾਂ ਵਿੱਚ ਬੇਨਤੀ ਕਰਾਂ ਭਾਈ, ਭਾਵੇਂ ਤੁਹਾਡਾ ਸਪੀਕਰ ਕਿੰਨਾ ਤੁਸੀਂ ਸਲੋਰ ਸਪੀਡ ਦਾ ਵਜਾਉਂਦੇ ਹੋ, ਪਰ ਬਾਹਰ ਉਹ ਬੜੀ ਉੱਚੀ ਸੁਰ ਨਾਲ ਸੁਣਦਾ। ਇਸ ਕਰਕੇ ਜਿਹੜੀਆਂ ਤੁਹਾਡੀਆਂ ਬਹੁਤ ਜ਼ਰੂਰੀ ਗੱਲਾਂ ਹਨ ਉਹ ਕੋਈ ਬਾਹਰ ਜਗ੍ਹਾ ਮੁਕਰਰ ਕਰਕੇ ਉੱਥੇ ਕਰ ਆਓ, ਫਿਰ ਆ ਜਾਣਾ ਇੱਥੇ ਅੰਦਰ, ਕਿਉਂਕਿ ਤੁਹਾਡੀਆਂ ਗੱਲਾਂ ਬਾਹਰਲੀਆਂ ਗੁਰਦੇਵ ਦੀਆਂ ਗੱਲਾਂ ਜੋ ਕਰਨ ਲੱਗੇ ਹਾਂ ਉਹਨਾਂ ਗੱਲਾਂ ਵਿੱਚ ਵਿਘਨ ਪਾ ਰਹੀਆਂ ਹਨ। ਗੁਰੂ ਦਾ ਸਿੱਖ ਕੋਈ ਕੰਮ ਕਰਨ ਤੋਂ ਪਹਿਲਾਂ ਉਹ ਗੁਰੂ ਨੂੰ ਮੁੱਖ ਰੱਖ ਕੇ ਕਾਰਜ ਕਰਦਾ ਹੈ ਕਿ ਉਹ ਗੁਰਸਿੱਖ ਦੀ ਬਜਾਏ ਗੁਰਮੁਖ ਬਣ ਜਾਂਦਾ। ਮਨਮੁੱਖ ਉਹ ਕੋਈ ਕਾਰਜ ਕਰਨ ਤੋਂ ਪਹਿਲਾਂ ਮਨ ਨੂੰ ਮੁੱਖ ਰੱਖਦਾ ਤੇ ਉਹ ਹਰ ਵੇਲੇ ਮਨਮੁੱਖ ਬਣਦਾ। ਅੱਜ ਦੇ ਯੁੱਗ ਵਿੱਚ ਗੁਰਸਿੱਖ ਗੁਰਮੁਖ ਮਨਮੁੱਖ ਇਹ ਦੋ ਪਹਿਲੂ ਦੋ ਪੱਖ ਜੋ ਆਈਆਂ ਸਿੱਖਾਂ ਅਤੇ ਮਨਮੁੱਖਾਂ ਨੇ ਤੁਹਾਡੇ ਸਾਹਮਣੇ ਆਧਾਰ ਨੂੰ ਜੋ ਪੇਸ਼ ਕਰ ਦਿੱਤੇ ਹਨ। ਇੱਕ ਪੱਖ ਹੈ ਮਨਮੁੱਖਾਂ ਦਾ ਜੋ ਕੇਵਲ ਰਾਜਨੀਤੀ ਨੂੰ ਆਸਰਾ ਲੈ ਕੇ ਚੱਲਦੇ ਹਨ। ਰਾਜਨੀਤਿਕ ਲੋਕ ਸੰਤ ਕਰਤਾਰ ਸਿੰਘ ਜੀ ਖਾਲਸਾ ਕੌਮ ਦੇ ਮਹਾਨ ਜਰਨੈਲ ਕਿਹਾ ਕਰਦੇ ਸਨ ਕਿ ਰਾਜਨੀਤਿਕ ਮਨੁੱਖ ਜੋ ਮਨ ਨੂੰ ਮੁੱਖ ਰੱਖ ਕੇ ਕੰਮ ਕਰਦਾ ਹੈ ਉਹ ਗਲਤ ਵੇਲੇ ਗਲੇ ਨੂੰ ਬਾਪੂ ਕਹਿੰਦਾ, ਮਾਣਾ ਗਰਜ ਨਿਕਲਣ ਤੋਂ ਬਾਅਦ ਜਦੋਂ ਕਿਤੇ ਸ਼ਬਾਸ਼ ਨਹੀਂ ਹੁੰਦਾ ਪਿਓ ਬਾਪ ਰਾਜਨੀਤਿਕ ਦਾ ਬਾਪ ਕੋਲ ਚਲੇ ਜਾਏ ਤੇ ਉਹ ਕਹੇ ਪਿਤਾ ਜੀ ਆਹ ਬੜਾ ਜ਼ਰੂਰੀ ਕੰਮ ਹੈ, ਪੁੱਤਰ ਪਿਤਾ ਕਹੇ ਪੁੱਤਰ ਆ ਬੜਾ ਜ਼ਰੂਰੀ ਕੰਮ ਹੈ ਕਰਨ ਵਾਲਾ, ਉਹ ਕਹਿੰਦਾ ਬਾਪੂ ਜੀ ਤੁਸੀਂ ਵਿਚਾਰਿਆ ਨਹੀਂ ਸੋਚਿਆ ਨਹੀਂ, ਤੁਹਾਡਾ ਦਿਮਾਗ ਖੋਤੇ ਦਾ ਦਿਮਾਗ ਹੈ ਇਸ ਕਰਕੇ ਕੰਮ ਨਹੀਂ ਹੋ ਸਕਦਾ। ਮਤਲਬ ਗਲਤ ਨਿਕਲਣ ਤੋਂ ਬਾਅਦ ਉਹ ਆਪਣੇ ਬਾਪੂ ਨੂੰ ਖੋਤਾ ਬਣਾ ਲੈਂਦਾ। ਇੱਕ ਪੱਖ ਹੈ ਰਾਜਨੀਤੀ ਦਾ ਪੱਖ, ਇੱਕ ਪੱਖ ਹੈ ਧਰਮ ਦਾ ਪੱਖ ਜਿਸ ਨੂੰ ਧਾਰਮਿਕ ਪੱਖ ਕਿਹਾ ਜਾਂਦਾ ਹੈ ਜੋ ਗੁਰੂ ਦੇ ਆਸਰੇ ਨਾਲ ਆਰੰਭ ਹੁੰਦਾ ਹੈ ਤੇ ਗੁਰੂ ਦੇ ਆਸਰੇ ਨਾਲ ਸਥਾਪਿਤ ਹੁੰਦਾ। ਅੱਜ ਦਾ ਸਾਡਾ ਧਾਰਮਿਕ ਲੀਡਰ ਅਤੇ ਰਾਜਨੀਤਿਕ ਲੀਡਰ ਧਰਮ ਦੇ ਨਾਂ ਉੱਤੇ ਉਹ ਹਰ ਗੱਲ ਕਰਦਾ ਹੈ, ਵਰਨਾ ਸਮਾਂ ਪੈਣ ਉੱਤੇ ਔਕੜ ਪੈਣ ਉੱਤੇ ਉਹ ਧਰਮ ਦੀ ਬੁਨਿਆਦ ਛੱਡ ਕੇ ਅਤੇ ਰਾਜਨੀਤੀ ਨਾਲ ਧਰਮ ਨੂੰ ਵੇਚ ਦਿੰਦਾ ਹੈ। ਇਹ ਪੱਖ ਹੈ ਜੋ ਮੈਂ ਤੁਹਾਡੇ ਸਾਹਮਣੇ ਅੱਜ ਦੇ ਸਮੇਂ ਵਿੱਚ ਬੇਨਤੀ ਕਰਨੀ ਚਾਹਾਂਗਾ। ਤੁਸਾਂ ਤਵੱਜੋ ਰੱਖਣੀ ਹੈ ਭਾਈ, ਧਰਮ ਅਤੇ ਰਾਜਨੀਤੀ ਦੋ ਪੱਖ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਨੂੰ ਦਿੱਤੇ ਹਨ, ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਕੌਮ ਤਖਤ ਦੀ ਰਚਨਾ ਰਚ ਕੇ ਅਤੇ ਇਹ ਯਾਦ ਕਰ ਦਿੱਤਾ ਹੈ ਕਿ ਜਿਹੜਾ ਧਰਮ ਹੈ ਉਹ ਰਾਜਨੀਤੀ ਦੇ ਅਖਬਾਰ ਹੈ, ਰਾਜਨੀਤੀ ਧਰਮ ਦੀ ਸੇਵਾਦਾਰ ਨਹੀਂ ਹੈ। ਸੇਵਾ ਕਰਕੇ ਧਰਮ ਨੂੰ ਪ੍ਰਫੁੱਲਤ ਕਰਨ ਲਈ ਉਹ ਇਸਤੇਮਾਲ ਕੀਤੀ ਜਾ ਸਕਦੀ ਹੈ, ਪਰ ਧਰਮ ਤੇ ਅਖਬਾਰੀ ਕਰਕੇ ਰਾਜਨੀਤਿਕ ਆਦਮੀ ਅਗਰ ਅਖਬਾਰ ਬਣ ਕੇ ਧਰਮ ਨੂੰ ਘੋੜੀ ਬਣਾ ਕੇ ਚਲਾਉਣਾ ਚਾਹੇ ਹਰ ਗੱਲ ਧਰਮ ਨੂੰ ਆਫ ਨਹੀਂ ਕਰੇਗਾ। ਨੋਟ ਕਰੋ ਗੱਲ, ਕਈ ਕਹਿੰਦੇ ਜੀ ਸਾਨੂੰ ਧਰਮ ਸਿਖਾਉਂਦਾ ਕੀ, ਮਾਫ ਕਰਨਾ ਮੈਂ ਨਹੀਂ ਕਹਿੰਦਾ, ਗੁਰਦੇਵ ਦੀ ਪੁੱਤਰ ਬਾਣੀ ਕਹਿੰਦੀ ਹੈ ਬੋਲੀ ਕੇ ਸੱਚ ਧਰਮ ਝੂਠਾ ਬਣੀਏ ਜੋ ਗੁਰਦਸੇ ਵਾਕ ਮਰੀਦਾ ਜੋੜੀਏ। ਗੁਰੂ ਕਹਿੰਦਾ ਹੈ ਇਹ ਗੁਰੂ ਦਾ ਸਿੱਖਾ, ਜੇ ਗੁਰੂ ਨੂੰ ਮੁੱਖ ਰੱਖ ਕੇ ਕੋਈ ਕਾਰਜ ਕਰਦਾ ਹੈ ਤੇ ਤੇਰੇ ਵਿੱਚ ਜੁਰਤ ਹੋਣੀ ਚਾਹੀਦੀ ਹੈ ਸੱਚ ਬੋਲਣ ਦੀ। ਸੱਚ ਖਬਨਾ ਦਾ ਖਤਮ ਹੈ। ਗੁਰਦੇਵ ਗੁਰੂ ਨਾਨਕ ਦੇਵ ਜੀ ਨਾਲੋਂ ਕੋਈ ਦੁਨੀਆਂ ਦਾ ਵੱਡਾ ਨਹੀਂ ਬਣੂ ਹੋਇਆ, ਕਿਸੇ ਦੀ ਬਾਬੂ ਗੁਰਦੇਵ ਨੇ ਗੁਰੂ ਗ੍ਰੰਥ ਸਾਹਿਬ ਨੇ ਦਰਜ ਕੀਤਾ ਸਭ ਤੋਂ ਵੱਡਾ ਸਾਡ ਗੁਰੂ ਨਾਨਕ ਜਿਨ ਗੱਲ ਰੱਖੀ ਮੇਰੀ, ਜਿਹੜਾ ਕਲਯੁਗ ਵਿੱਚ ਸੰਸਾਰ ਦੀ ਪਦ ਰੱਖਣ ਵਾਲੇ ਉਸ ਮਹਾਨ ਗੁਰੂ ਨਾਨਕ ਦੇਵ ਜੀ ਨੇ ਆਖਿਆ ਸੱਚੋ ਉਰੇ ਸਭ ਉੱਪਰ ਸੱਚ ਹੈ ਚਾਰ ਮਨੁੱਖ ਵਿੱਚ ਸਾਰੇ ਗੁਣ ਹੋਣ ਇਹ ਆਚਰਣ ਬਣਦਾ, ਸਾਰੇ ਗੁਣ ਹੋਣ ਕਿਉਂਕਿ ਜਿੰਨੇ ਗੁਣ ਮਨੁੱਖ ਵਿੱਚ ਹੁੰਦੇ ਹਨ ਉਹਨਾਂ ਗੁਣਾਂ ਤੋਂ ਸਿਸ਼ਟ ਗੁਣ ਸ਼੍ਰੋਮਣੀ ਗੁਣ ਗੁਰਦੇਵ ਜੀ ਕਹੀ ਹਰ ਸੱਚ ਹੈ, ਸਭ ਤੋਂ ਉੱਚਾ ਸੱਚ ਹੈ। ਪਰ ਇੱਥੇ ਸੱਚ ਬੋਲਣ ਵਾਲਿਆਂ ਨੂੰ ਇੱਥੇ ਸਾਰਾ ਪੈਰੀ ਬੇੜੀਆਂ ਤੇ ਚੋਰਾ ਹੱਥ ਕਾਨੂੰਨ। ਕੱਲ੍ਹ ਦੀਆਂ ਦੇ ਪਰਸੋਂ ਦੀਆਂ ਅਖਬਾਰਾਂ ਵਿੱਚ ਤੁਸੀਂ ਪੜ੍ਹਿਆ ਹੋਣਾ
ਤੇ ਗੁਰੂ ਕਾ ਕੀਰਤਨੀਆ ਪ੍ਰੋਫੈਸਰ ਦਰਸ਼ਨ ਸਿੰਘ ਜਿਹੜਾ ਕੇਵਲ ਸੱਚ ਦੀ ਗੱਲ ਕਰਦਾ ਸੀ ਉਹ ਬਾਵਾ ਖੰਜਾ ਕਰਕੇ ਹਰਿਮੰਦਰ ਸਾਹਿਬ ਨੂੰ ਢੋਹਾ ਕੇ ਲੋਕਾਂ ਵਿੱਚ ਵਜਣ ਵਾਲੇ ਉਹ ਬਾਹਰ ਆ ਜਾਓ ਕੋਈ ਸਮਝ ਕੇ ਲੋਕਾਂ ਨਾਲ ਪ੍ਰੇਮ ਕਰੋ ਲੋਕਾਂ ਨਾਲ ਧੋਖਾ ਨਾ ਕਰੋ ਪਰ ਕੇਵਲ ਇਹੀ ਗੱਲ ਸੀ ਉਸ ਨੂੰ ਹਰਿਆਣੇ ਦੀ ਸਰਕਾਰ ਨੂੰ ਸ਼ਹਿ ਦੇ ਕੇ ਗ੍ਰਿਫਤਾਰ ਕਰਵਾਇਆ ਤੇ ਕੱਲ ਜੀ ਅਸੀਂ ਕੇਸ ਦਰਜ ਕਰ ਦਿੱਤਾ ਇਹ ਹੋਰ ਕਰ ਲਓ ਗੱਲ ਇੱਕ ਸਰਕਾਰ ਦੀ ਮਦਦ ਨਾ ਹੋਵੇ ਤੇ ਦੂਸਰੀ ਸਰਕਾਰ ਦੀ ਮਰਜ਼ੀ ਹੋਵੇ ਉਹ ਸੂਬੇ ਵਿੱਚੋਂ ਦੂਜੇ ਸੂਬੇ ਵਿੱਚੋਂ ਹਜੇ ਕੋਈ ਕਿਸੇ ਨੂੰ ਗ੍ਰਿਫਤਾਰ ਕਰਕੇ ਲੈ ਜਾਏ ਕਿੰਨੀ ਬੇਵਕੂਫ ਬਣਾਉਣ ਵਾਲੀ ਗੱਲ ਹੈ ਇਹ ਅਗਲੀਆਂ ਮਿੰਟਾਂ ਵਿੱਚ ਤੁਹਾਡੇ ਸਾਹਮਣੇ ਬੇਨਤੀ ਕਰਾਂਗਾ ਮੈਂ ਪੱਖ ਪੇਸ਼ ਕਰਨ ਲੱਗਾ ਹਾਂ ਕਿ ਹਿੰਦੁਸਤਾਨ ਦੀ ਸਰਕਾਰ ਨੇ ਤੇ ਸਾਡੇ ਧਾਰਮਿਕ ਆਗੂਆਂ ਨੇ ਆਪੋ ਵਿੱਚ ਹੀ ਮਿਲ ਕੇ ਰਾਜਨੀਤੀ ਵਿੱਚ ਲਪੇਟ ਲਪੇਟ ਕੇ ਆ ਲੋਕਾਂ ਨੂੰ ਗੁਲਾਮ ਕਿਵੇਂ ਕੀਤਾ ਅਤੇ ਕੌਮ ਦੀ ਉਸ ਮਾਇਆਵਾਦ ਹਸਤੀ ਨੂੰ ਇਹਨਾਂ ਲੋਕਾਂ ਨੇ ਮਰਾਉਣ ਦਾ ਯਤਨ ਕੀਤਾ ਮੇਰੇ ਸਾਧੂ ਸੱਚੇ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ ਉਹਨਾਂ ਉੱਤੇ ਉਹ ਸਫਲ ਨਹੀਂ ਹੋ ਸਕੇ ਪਰ ਸਫਲ ਯਤਨ ਕਰਨ ਵਿੱਚ ਸਫਲਤਾ ਵਾਸਤੇ ਹਰ ਇੱਕ ਸਾਰਾ ਯਤਨ ਕੀਤਾ ਹੈ ਤੇ ਕੌਮ ਦਾ ਉਹ ਸਰਮੋਰ ਅਰਥਾਤ ਸ੍ਰੀ ਅਕਾਲ ਤਖ਼ਤ ਸਾਹਿਬ ਸਾਖਾਂ ਸ੍ਰੀ ਹਰਿਮੰਦਰ ਸਾਹਿਬ ਇਹਨਾਂ ਲੋਕਾਂ ਨੇ ਢਾਉਣ ਦਾ ਯਤਨ ਕਿਵੇਂ ਕੀਤਾ ਹੈ ਇਹ ਮੈਂ ਅੱਜ ਦੀਆਂ ਮਿੰਟਾਂ ਵਿੱਚ ਤੁਹਾਡੇ ਸਾਹਮਣੇ ਬੇਨਤੀ ਕਰਾਂਗਾ ਜੋਗਿੰਦਰ ਸਿੰਘ ਜੀ ਅੱਜ ਤੁਹਾਡੇ ਸਾਹਮਣੇ ਸਵਾਇਮਾਨ ਹਨ ਉਹਨਾਂ ਦੇ ਨਾਲ ਜੋ ਆਏ ਸਮੇਂ ਉੱਤੇ ਮੈਂ ਨਹੀਂ ਕਹਿੰਦਾ ਗੁਰਦੇਵ ਦੀ ਬਾਣੀ ਕਹਿੰਦੀ ਹੈ ਸੁਖਮੈ ਆਣ ਬਹੁਤ ਚੜਾਈ
संगत जी फिर नराने फौज नू इउं हुकम सुनाए Oh!
ਸਰਕਾਰ ਦੇ ਝੱਲੇ ਹੋਏ ਕਰਮਚਾਰੀਆਂ ਨੇ ਅੰਨੇ ਵਾਹ ਤੋਪਾਂ ਦੀ ਰੇਂਜ ਅਕਾਲ ਪੁਰਖ ਸਾਹਿਬ ਉੱਤੇ ਫੇਰ ਦਿੱਤੀ ਜਦੋਂ ਸਰਪਾ ਵੱਲੋਂ ਸਾਡਾ ਜਵਾਬ ਨਾ ਵਿੱਚ ਆਇਆ ਭਗਤਾਂ ਹੋਏ ਇੱਕ ਤੋਪ ਵੱਡੀ ਪੀੜੀ ਸੀ ਬਾਲਿਆਂ ਵਾਲੇ ਚਮਾਰੇ ਤੇ 6 ਮੰਜ਼ਿਲ ਉੱਤੇ ਬੈਠਾ ਹੋਇਆ ਕੋਪੀ ਤੁਸੀਂ ਕਹੋਗੇ ਵੀ ਸ਼ਾਇਦ ਇਹ ਅੰਦਰ ਸੀ ਜਿਹੜਾ ਸਾਰੀਆਂ ਗੱਲਾਂ ਅੱਖਾਂ ਨਾਲ ਵੇਖਦਾ ਸੀ ਮਾਫ ਕਰਨਾ ਇੱਕ ਕਮਰੇ ਵਿੱਚ ਬੈਠਾ ਦੂਸਰੇ ਕਮਰੇ ਵਾਲੇ ਦੀ ਕੋਈ ਖਬਰ ਨਹੀਂ ਸੀ ਲੈ ਸਕਦਾ ਅੰਦਰ ਬਾਹਰ ਇਸ ਤਰੀਕੇ ਨਾਲ ਗੋਲੀ ਮਾਰ ਲਈ ਇਹ ਗੱਲਾਂ ਇੰਡੀਆ ਟੂਡੇ ਸਾਲਾ ਜੋ ਹਿੰਦੁਸਤਾਨ ਵਿੱਚ ਦਿੱਲੀ ਤੋਂ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੁੰਦਾ ਹੈ ਭਾਰਤੀ ਸਾਲਾ ਹਿੰਦੀ ਵਿੱਚ ਪ੍ਰਕਾਸ਼ਿਤ ਹੁੰਦਾ ਹੈ ਮਾਇਆ ਸਾਲਾ ਜੋ ਹਿੰਦੀ ਵਿੱਚ ਪ੍ਰਕਾਸ਼ਿਤ ਹੁੰਦਾ ਹੈ ਕੌਮੀ ਸੰਸਦ ਕੌਮੀ ਰਾਜਨੀਤੀ ਸੰਤ ਸਫਾਈ ਇਹ ਤਾਰਕ ਪੰਜਾਬ ਵਿੱਚ ਛਪਣ ਵਾਲੇ ਬੜੇ ਅਜਿਹੇ ਸਾਲੇ ਹਨ ਜਿਨ੍ਹਾਂ ਨੇ ਜੂਨ 1984 ਦਾ ਅੰਕ ਬੜੇ ਵਿਸਥਾਰ ਨਾਲ ਲਿਖਿਆ ਫਰਾਂਸ ਦਾ ਇੱਕ ਆਇਆ ਹੋਇਆ ਪ੍ਰੈਸ ਰਿਪੋਰਟਰ ਜੋ ਹਿੰਦੁਸਤਾਨ ਦੀ ਸਰਕਾਰ ਨੇ ਰੈਸਟ ਕਰ ਲਿਆ ਸੀ ਉਹ ਉਸ ਵੇਲੇ ਅੰਮ੍ਰਿਤਸਰ ਵਿੱਚ ਸੀ ਉਹਨੇ ਸਾਰੀ ਇੰਟਰਵਿਊ ਆਪ ਅਖਬਾਰਾਂ ਵਿੱਚ ਪ੍ਰਕਾਸ਼ਿਤ ਕੀਤੀ ਤੇ ਜਨਰਲ ਸ਼ਮੇਰ ਸਿੰਘ ਤੇ ਮ੍ਰਿਤਕ ਫਰੀਦ ਇਹ ਤਹਿਖਾਨੇ ਵਿੱਚੋਂ ਇੱਕੇ ਕੋਠੇ ਦੇ ਬਰਬੇ ਵਿੱਚੋਂ ਪ੍ਰਾਪਤ ਕਰ ਲਏ ਹਨ ਅਤੇ ਪੂਰੇ 11 ਵਜੇ ਇਹ ਹਿੰਦੁਸਤਾਨ ਦੀ ਸਰਕਾਰ ਦਾ ਕਮਾਂਡਰ ਕੇ.ਐਸ. ਬਰਾੜ ਇਹ ਦਰਬਾਰ ਸਾਹਿਬ ਦਾ ਬੂਹਾ ਖੋਲ ਕੇ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਨੂੰ ਬਾਹਰ ਕੱਢ ਕੇ ਉਹਨੂੰ ਕਹਿੰਦਾ ਹੈ 7 ਜਨਰਲ ਐਸ. ਜੀ ਕਿੱਥੇ ਹਨ 7:30 ਵਜੇ ਰੇਡੀਓ ਤੋਂ ਡਿਕਲੇਅਰ ਕਰ ਰਹੇ ਨੇ ਤੇ 11 ਵਜੇ ਸਿੰਘ ਸਾਹਿਬ ਨੂੰ ਪੁੱਛ ਰਹੇ ਨੇ ਵੀ 7 ਜਨਰਲ ਐਸ. ਜੀ ਕਿੱਥੇ ਹਨ ਇਸ ਗੱਲ ਦਾ ਅੰਦਾਜ਼ਾ ਤੁਸੀਂ ਆਪੇ ਲਾ ਲਓ ਵੀ ਇਹਦਾ 7 ਜਨਰਲ ਐਸ. ਦੀ ਖਬਰ ਸੱਚੀ ਦਿੱਤੀ ਜਾਂ ਝੂਠੀ ਦੂਜੇ ਨੰਬਰ ਉੱਤੇ ਇਹ ਗੱਲ ਹੋਰ ਨੋਟ ਕਰਨ ਵਾਲੀ ਹੈ ਕਿ ਹਿੰਦੁਸਤਾਨ ਦੀ ਸਰਕਾਰ ਨੇ ਕਿਹਾ ਕਿ ਹਰਿਮੰਦਰ ਸਾਹਿਬ ਨੂੰ ਆਗ ਨਹੀਂ ਲੱਗੀ ਹਰਿਮੰਦਰ ਸਾਹਿਬ ਉੱਤੇ ਕੋਈ ਗੋਲੀ ਦਾ ਨਿਸ਼ਾਨ ਨਹੀਂ ਤੇ ਜਿਨ੍ਹਾਂ ਦੇ ਅੱਖਾਂ ਵਾਲੇ ਰੱਖਿਆ ਜਾਵੇ 400 ਤੋਂ ਵੱਧ ਉਹਦੇ ਉੱਤੇ ਨਿਸ਼ਾਨ ਹਨ ਤੇ ਜੇ ਉਹਦੀ ਖਬਰ ਝੂਠੀ ਹੋ ਸਕਦੀ ਹੈ ਤੇ 7 ਜਨਰਲ ਸਿੰਘ ਵਾਲੀ ਖਬਰ ਕਿਵੇਂ ਸੱਚੀ ਹੋ ਸਕਦੀ ਹੈ ਇਹ ਸਰਕਾਰ ਦਾ ਝੂਠ ਅਤੇ ਸਰਕਾਰ ਦਾ ਇਹ ਪ੍ਰਾਪੇਗੰਡਾ ਇਸ ਗੱਲ ਦੀ ਅਗਵਾਈ ਦਿੰਦਾ ਹੈ ਸਮਾਂ ਆਇਆ 2500 ਸਤਿਗੁਰੂ ਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੋ ਹਰਿਮੰਦਰ ਸਾਹਿਬ ਦੀ ਪਾਵਨ ਪੁੱਤਰ ਧਰਤੀ ਵਿੱਚ ਸਨ ਇਹ ਸਰਕਾਰ ਦੀਆਂ ਤੋਪਾਂ ਨੇ ਆਪਣੀ ਫੇਰ ਕਰ ਦਿੱਤੇ ਸਿੱਖ ਲਾਇਬ੍ਰੇਰੀ ਲਾਇਬ੍ਰੇਰੀ ਜੋ ਸਿੱਖਾਂ ਦਾ ਮਹਾਨ ਵਿਰਸਾ ਜਿਵੇਂ ਸੀ ਕੌਮੀ ਇਤਿਹਾਸ ਉਹ ਹਿੰਦੁਸਤਾਨ ਦੀ ਸਰਕਾਰ ਨੇ ਆਪਣੀ ਫੇਰ ਕਰ ਦਿੱਤਾ ਕੋਠੇ ਸਾਹਿਬ ਨੂੰ ਜਿਨ੍ਹਾਂ ਨੁਕਸਾਨ ਪਹੁੰਚਿਆ ਇਹ ਜੋ ਕੁਝ ਕਿਹਾ ਸਾਡੀਆਂ ਧਾਰਮਿਕ ਆਗੂਆਂ ਨੇ ਜਿਹਨੂੰ ਅਸੀਂ 5 ਪਿਆਰੇ ਕਹਿੰਦੇ ਹਾਂ ਉਹਨਾਂ 5 ਪਿਆਰਿਆਂ ਵੀ ਰੇਡੀਓ ਤੋਂ ਕਿਹਾ ਜੀ ਕੋਠੇ ਸਾਹਿਬ ਦਾ ਕੋਈ ਨੁਕਸਾਨ ਨਹੀਂ ਹੋਇਆ ਤੋਸ਼ੇ ਖਾਨੇ ਦਾ ਕੁਝ ਨਹੀਂ ਵਿਗੜਿਆ ਉਹ ਜਿਉਂ ਦਾ ਤਿਉਂ ਹੈ ਬਿਲਕੁਲ ਠੀਕ ਠਾਕ ਹੈ ਇਹ ਹਰਿਮੰਦਰ ਸਾਹਿਬ ਵਿੱਚ ਕੁਝ ਨਹੀਂ ਵਿਗੜਿਆ ਸਭ ਕੁਝ ਠੀਕ ਠਾਕ ਹੈ ਲੱਗੀਆਂ ਹੋਈਆਂ ਗੋਲੀਆਂ ਜੋ ਹਰਿਮੰਦਰ ਸਾਹਿਬ ਦੀ ਦੂਜੀ ਛੱਤ ਉੱਤੇ ਬਾਬਾ ਦੀਪ ਸਿੰਘ ਜੀ ਦੇ ਘਰ ਕਮਰਾ ਦੁਆਰਾ ਹੱਥ ਲਿਖਤ ਵੀਰ ਉੱਤੇ ਸਭਾਏਵਾਨ ਹੈ ਉਹਦੇ ਵਿੱਚ ਗੋਲੀ ਲੱਗੀ ਹੋਈ ਅਜੇ ਵੀ ਮੌਜੂਦ ਹੈ ਜੋ ਸਰਕਾਰ ਦੇ ਇਸ ਕਾਲੀ ਕਰਤੂਤ ਦਾ ਚਿੱਠਾ ਦਾ ਦੀਪ ਸਿੰਘ ਦੀਆਂ ਫੋਟੋਆਂ ਲੋਕਾਂ ਨੇ ਬੜੀ ਭੀੜ ਨਾਲ ਲੈਣੀਆਂ ਸ਼ੁਰੂ ਕੀਤੀਆਂ ਜਦੋਂ ਕਿ ਚੋਰੀ ਉਹ ਫੋਟੋ ਮਿਲਦੀਆਂ ਸਨ ਤੇ ਚੋਰੀ ਲੋਕ ਲੈ ਕੇ ਜਾਇਆ ਕਰਦੇ ਸਨ ਇੱਕ ਪ੍ਰੋਫੈਸਰ ਜੋ ਖਾਲਸਾ ਕਾਲਜ ਦਾ ਸੀ ਇਹ ਕੋਲ ਖੜੋਤਾ ਹੈ ਅਕਾਲੀ ਪੱਤਰਕਾਰ ਦਾ ਇੱਕ ਪੱਤਰ ਪ੍ਰੇਰਕ ਕੋਲ ਖੜੋਤਾ ਹੈ ਉਹ ਕਹਿਣ ਲੱਗਾ ਭਾਈ ਸਾਹਿਬ ਆ ਇੰਨੀਆਂ ਫੋਟੋ ਚੋਰੀ ਵੀ ਨਿਕਲੀਆਂ ਨੇ ਤੇ ਫਿਰ ਵੀ ਇੰਨੀ ਕਾਹਲੀ ਨਾਲ ਤੇ ਇੰਨੀ ਤੇਜ਼ੀ ਨਾਲ ਕਿਉਂ ਵਿਗੜੀਆਂ ਹਨ ਅੱਛਾ ਨੇ ਪਹਿਲੀ ਵਾਰ ਕਲਤਾ ਸਭ ਤੋਂ ਆਇਆ ਹੈ ਤੇ ਪਹਿਲੀ ਵਾਰ ਹੀ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਹਿੰਦੁਸਤਾਨ ਦੇ ਦੋ ਸਿੱਖਾਂ ਨੇ ਜੇ ਹਿੰਦੁਸਤਾਨ ਦੇ ਤਰਕਧਾਰੀ ਨੂੰ ਸੋਧਿਆ ਤਾਂ ਵੀ ਦੋ ਸਿੱਖਾਂ ਜੇ ਮੱਥੇ ਰੰਗੜ ਨੂੰ ਸੋਧਿਆ ਤਾਂ ਵੀ ਦੋ ਸਿੱਖਾਂ ਤੇ ਅੱਜ ਦੇ ਮੱਥੇ ਰੰਗੜ ਨੂੰ ਸੋਧਿਆ ਤਾਂ ਵੀ ਦੋ ਸਿੱਖਾਂ 31 ਅਕਤੂਬਰ 9:30 ਵਜੇ ਗੈਸਟ ਹਾਊਸ ਨੂੰ ਜਾਂਦੀ ਹੋਈ ਇੰਦਰਾ ਗਾਂਧੀ ਨੂੰ ਗੁਰੂ ਘਰ ਸਿੱਖਾਂ ਦੇ ਹਰਿਮੰਦਰ ਸਾਹਿਬ ਦਾ ਬਦਲਾ ਦੇ ਕੋਲ ਹੇ ਕਿਉਂ ਲਿਆ 31 ਅਕਤੂਬਰ ਜਾਂ ਗੁਰੂ ਨਾਨਕ ਦੀ ਬਾਣੀ ਫਲ ਕੀਤੇ ਕਰਮਾਂ ਦਾ ਪਾਲਾ ਹੈ ਭਾਰਤ ਦੀ ਰਾਣੀ।
ਸਿੰਘ ਸ਼ੇਰ ਆਵੇ ਉਸਦੀ ਕੋਈ ਪੇਸ਼ ਨਾ ਜਾਵੇ। ਠੰਗੀ ਗੱਲ ਦਿੱਤੀ ਸੀ ਬਹੁਤੀ ਗਰਮ ਮਜਾਜ ਸੁਣਾਣੀ, ਬਹੁਤੀ ਗਰਮ ਮਜਾਜ ਸੁਣਾਣੀ ਹਰ ਕੀਤੇ ਕਰਮਾਂ ਦਾ ਪਾਲਾ ਹੈ ਭਾਰਤ ਦੀ ਰਾਣੀ। ਮੰਦਰ ਦਾ ਸਿੰਘਾਂ ਨੇ ਛੱਡਤਾ ਜਿੰਕਾਰਾ, ਹੁਣ ਫਰਨਾ ਵਾ ਫਰਨੋ ਲੈ ਲਿਆ ਕੇ ਆਪਣਾ ਸਾਰਾ। ਬੜੀ ਵੱਡੀ ਕਨਵੈਨਸ਼ਨ ਹੋ ਰਹੀ ਹੈ ਜਿਸ ਵਿੱਚ ਥੰਮ ਜਰਨੈਲ ਸਿੰਘ ਜੀ ਖਾਲਸਾ ਜੀ ਦੇ ਪਿਤਾ ਜੀ ਬਾਪੂ ਜੋਗਿੰਦਰ ਸਿੰਘ ਅਤੇ ਹੋਰ ਪਟਵਾਨ ਤੇ ਸੱਜਣ ਸਰਦਾਰ ਰਣਜੀਤ ਸਿੰਘ ਜੀ ਬ੍ਰਹਮਪੁਰਾ, ਹੋ ਸਕਦਾ ਹੈ ਬੀਬੀ ਬਿਮਰ ਕੌਰ ਖਾਲਸਾ, ਇਹ ਤਾਰਕ ਹੋਰ ਵੀ ਉੱਥੇ ਵਲੰਟੀਅਰ ਪਹੁੰਚਣ, ਕੌਮ ਦੇ ਹੀਰੇ ਪਹੁੰਚਣ, ਜੋ ਤੁਹਾਡੇ ਨਾਲ ਆਪਣੇ ਵਿਚਾਰ ਰੱਖਣ, ਪਿਆਰ ਜਨਤਾ ਦਾ ਪਿਆਰ ਰੱਖਣ ਵਾਲੇ, ਧਰਮ ਦਾ ਦਰਦ ਰੱਖਣ ਵਾਲੇ, ਉਹ ਧਰਮੀ ਗੁਰੂ ਕੇ ਨਾਲ ਉੱਥੇ ਪਹੁੰਚਣਗੇ। ਉੱਥੇ ਵੱਧ ਤੋਂ ਵੱਧ ਪਹੁੰਚ ਕੇ ਉਹਦੇ ਵਿਚਾਰ ਖਰਨ ਕਰੋ। ਅਖਬਾਰਾਂ ਕੋਈ ਸੁਖਮਣੀ ਸਾਹਿਬ ਦੀ ਅਸ਼ਟਪਤੀ ਨਹੀਂ ਜਿਹਨਾਂ ਉੱਤੇ ਤੁਸੀਂ ਇੰਨਾ ਭਰੋਸਾ ਕਰ ਲੈਂਦੇ ਹੋ। ਬਹੁਤ ਸਾਰੇ ਸਾਡੇ ਗੁਰੂ ਕੇ ਲਾਲ ਇਸ ਗੱਲ ਤੇ ਬੜੇ ਨਿਰਭਰ ਰਹਿੰਦੇ ਨੇ ਕਿ ਜੋ ਅਖਬਾਰ ਵਿੱਚ ਆ ਗਿਆ ਜੀ, ਅੱਜ ਪੜਿਆ ਸੀ ਅਖਬਾਰ ਵਿੱਚ, ਅਖਬਾਰ ਉਹਨਾਂ ਦੀ ਆਪਣੀ, ਛਾਈ ਉਹਨਾਂ ਦੀ ਆਪਣੀ, ਕਾਗਜ਼ ਉਹਨਾਂ ਦਾ ਆਪਣਾ, ਪੈਨ ਉਹਨਾਂ ਦਾ ਆਪਣਾ, ਦਿਲ ਤੇ ਦਿਮਾਗ ਸਰਕਾਰ ਦਾ ਖਰੀਦਿਆ ਹੋਇਆ, ਜੋ ਮਰਜ਼ੀ ਲਿਖੀ ਜਾਣ ਤੇ ਜੋ ਮਰਜ਼ੀ ਲਿਖਵਾਈ ਜਾਣ। ਇਸ ਕਰਕੇ ਸੰਯੁਕਤ ਅਕਾਲੀ ਦਲ ਜਿਹਨੂੰ ਬਾਪੂ ਦਲ ਕਹਿੰਦੇ ਨੇ ਅਤੇ ਦੂਸਰੇ ਲਫ਼ਜ਼ਾਂ ਵਿੱਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਅਤੇ ਦਮਦਮੀ ਟਕਸਾਲ, ਇਹ ਸਾਰੇ ਤਿੰਨੇ ਜਥੇਬੰਦੀਆਂ ਇੱਕ